सिर्फ 4 महीने होए ये पानी छड़े नू ते हाल तुसी देख सकते हो, मीह आया, मीह आने दे नाले छप्पड़ किवें टुट चुकिया, खेरू खेरू हो चुकिया, तस्वीरां तुसी देख सकते हो जिहदे तों साफ पता लगता कि इत्थे बहुत घटिया क्वालिटी का मटीरियल यूज किया गया, बहुत ही घटिया तो घटिया क्वालिटी का मटीरियल यूज करके नू बनाया गया। किन्ना लाता समा लाता 5 साल। हुण जे गल करिए छप्पड़ हल कराउण दे मामले विच, तुहानू सारयां नू पता ही आ तो पहला किवें इत्थों गंदी बदबू आउंदी हुंदी सी, सड़ेआण मारदी हुंदी सी, लोकां नूं घरां विच बैठ के रोटी खाणी दुब्बर हुंदी सी, बीमारियां दा घर जिहड़ा इह छप्पड़ बणिआ होइआ सीगा। हल कराया सी, 150 पिंड वासियां ते परचे पाए सी ते बहुत सारे आगूआं ते बाई नेम जिहड़े सी। काल जी, मैं सुरेंद्र ढिलवां, अज इक होर अहम मुद्दे ते तुहाडे नाल सी गल्लबात सांझी करन वास्ते इत्थे पहुंचे आ। तुसीं देख रहे हो पिंड ढिलवां कलां दा मेन रोड ते पैंदा छप्पड़। इस छप्पड़ नूं बणे नूं बहुत थोड़ा टाइम होया, सिर्फ 4 महीने होए इहदे विच पाणी छड्डे नूं ते हालत तुसीं देख सकते हो, मीह आया, मीह आउण दे नाल इह छप्पड़ किवें टुट चुकिया, खेरू खेरू हो चुकिया, तस्वीरां तुसीं देख सकते हो जिहदे तों साफ पता लगता कि इत्थे बहुत घटिया क्वालिटी का मटीरियल यूज किया गया, बहुत ही घटिया तो घटिया क्वालिटी का मटीरियल यूज करके नूं बनाया गया। ते समा किन्ना लाता, समा लाता 5 साल। हुण जे गल करिए छप्पड़ हल कराउण दे मामले विच, तुहानू सारयां नू पता ही आ कि 2018 तो पहलां, जे 2018 च इस मामले ते संघर्ष लड़िया गया सी, 2018 तो पहलां किवें इत्थों गंदी बदबू आउंदी हुंदी सी, सड़ेआण मारदी हुंदी सी, लोकां नू घरां विच बैठ के रोटी खाणी दुब्बर हुंदी सी, बीमारियां दा घर जिहड़ा इह छप्पड़ बणिआ होइआ सीगा। ते ਵੱਖ-ਵੱਖ ਪਾਰਟੀਆਂ ਸਰਕਾਰਾਂ ਬਣਦੀਆਂ ਰਹੀਆਂ, ਇਸ ਛੱਪੜ 'ਤੇ ਸਿਆਸਤ ਖੇਡਦੀਆਂ ਰਹੀਆਂ, ਲੋਕਾਂ ਨੂੰ ਲਾਰੇਬਾਜ਼ੀ 'ਚ ਲਾਉਂਦੀਆਂ ਰਹੀਆਂ, ਪਰ ਇਹ ਮਾਮਲੇ ਦਾ ਹੱਲ ਨਹੀਂ ਕੀਤਾ ਕਿਸੇ ਨੇ। ਅਖੀਰ 2018 ਵਿੱਚ ਨੌਜਵਾਨ ਭਾਰਤ ਸਭਾ ਇਸ ਪਿੰਡ ਵਿੱਚ ਆਉਂਦੀ ਹੈ, ਇਕਾਈ ਬਣਦੀ ਆ, ਨੌਜਵਾਨ ਭਾਰਤ ਸਭਾ ਵੱਲੋਂ ਪੂਰੇ ਪਿੰਡ ਵਿੱਚ ਮੁਹਿੰਮ ਚਲਾਈ ਜਾਂਦੀ ਹੈ, ਸਿਗਨੇਚਰ ਮੁਹਿੰਮ ਚਲਾ ਕੇ ਪਿੰਡ ਵਾਸੀਆਂ ਨੂੰ ਸੰਘਰਸ਼ ਦੇ ਰਾਹ ਪਾਇਆ ਜਾਂਦਾ। ਵੱਖ-ਵੱਖ ਹੋਰ ਜਨਤਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ, ਕਿਰਤੀ ਕਿਸਾਨ ਯੂਨੀਅਨ ਦੇ ਸਹਿਯੋਗ ਦੇ ਨਾਲ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸਹਿਯੋਗ ਦੇ ਨਾਲ, ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਸਹਿਯੋਗ ਨਾਲ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸਹਿਯੋਗ ਦੇ ਨਾਲ ਅਤੇ ਪੂਰੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ, ਜਿਹੜਾ ਉਹ ਹਾਈਵੇ ਨੈਸ਼ਨਲ ਹਾਈਵੇ N54 ਜਿਹੜਾ ਘੇਰ ਕੇ ਇਹ ਮਾਮਲਾ ਜਿਹੜਾ ਹੱਲ ਕਰਾਇਆ ਸੀ, 150 ਪਿੰਡ ਵਾਸੀਆਂ 'ਤੇ ਪਰਚੇ ਪਏ ਸੀ ਅਤੇ ਬਹੁਤ ਸਾਰੇ ਆਗੂਆਂ 'ਤੇ ਬਾਏ ਨੇਮ ਜਿਹੜੇ ਪਰਚੇ ਪਏ ਸੀ, ਫਿਰ ਜਾ ਕੇ ਲੋਕ ਸੰਘਰਸ਼ਾਂ ਦੇ ਰਾਹੀਂ ਇਹ ਮਾਮਲਾ ਹੱਲ ਹੋਇਆ। ਤਿੱਖੜ ਦੁਪਹਿਰੇ ਤਪਦੀ ਧੁੱਪ ਵਿੱਚ ਸੜਕ 'ਤੇ ਲੋਕ ਬੈਠੇ ਜਾ ਕੇ ਫਿਰ ਇਹ ਮਾਮਲਾ ਹੱਲ ਹੋਇਆ। ਅਤੇ ਜਦੋਂ ਮਾਮਲਾ ਹੱਲ ਹੋਇਆ, ਲੱਖਾਂ ਦੀ ਗ੍ਰਾਂਟ ਆ ਗਈ, ਪ੍ਰਸ਼ਾਸਨ ਨੇ ਕੀ ਕੀਤਾ, ਜਿਨ੍ਹਾਂ ਦੇ ਥਰੂ ਇਹ ਲੱਗਿਆ ਦੇਖ ਲਓ ਤੁਹਾਡੇ ਸਾਹਮਣੇ ਆ ਕੀ ਹੋਇਆ। ਅਤੇ ਜਦੋਂ ਇਸ ਛੱਪੜ ਦਾ ਕੰਮ ਹੋ ਰਿਹਾ ਸੀ, ਇੱਥੇ ਨੌਜਵਾਨ ਭਾਰਤ ਸਭਾ ਦੇ ਆਗੂਆਂ ਨੇ ਜਦੋਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਇਹ ਮਟੀਰੀਅਲ ਗਲਤ ਲੱਗ ਰਿਹਾ, ਮਾੜਾ ਲੱਗ ਰਿਹਾ, ਤਾਂ ਇੱਥੇ ਜਿਹੜੇ ਚਮਚੇ ਆ ਸਰਕਾਰਾਂ ਦੇ, ਉਹ ਚਮਚੇ ਭਾਵੇਂ ਕੋਈ ਵੀ ਮਾਮਲਾ ਹੋਵੇ, ਜਦੋਂ ਉਹ ਗਲਤ ਹੁੰਦਾ ਉਹਨੂੰ ਗਲਤ ਕਹਿਣਾ ਚਾਹੀਦਾ, ਜਦੋਂ ਸਹੀ ਹੁੰਦਾ ਉਹਨੂੰ ਸ਼ਲਾਘਾ ਕਰਨੀ ਚਾਹੀਦੀ ਆ, ਜਿਹੜੀ ਗੱਲ ਜਿੰਨੀ ਕੁ ਗਲਤ ਤੋਂ ਗਲਤ ਕਹਿਣੀ ਚਾਹੀਦੀ ਆ। ਜਦੋਂ ਇੱਥੇ ਗਲਤ ਕੰਮ ਹੁੰਦਾ, ਨੌਜਵਾਨ ਭਾਰਤ ਸਭਾ ਦੇ ਆਗੂ ਇੱਥੇ ਆਵਾਜ਼ ਬੁਲੰਦ ਕਰਦੇ ਆ ਕਿ ਇਹ ਕੰਮ ਗਲਤ ਹੁੰਦਾ ਤਾਂ ਸਰਕਾਰਾਂ ਦੇ ਚਮਚੇ ਜਿਹੜੇ ਪਿੱਠੂ ਆ ਉਹ ਖੜ੍ਹੇ ਹੋ ਕੇ ਮੂਹਰੇ ਹੋ ਕੇ ਉਹ ਇਹ ਗੱਲ ਕਹਿੰਦੇ ਕਿ ਤੁਸੀਂ ਤਾਂ ਕੋਈ ਕੰਮ ਹੀ ਨਹੀਂ ਹੋਣ ਦਿੰਦੇ, ਤੁਸੀਂ ਕੋਈ ਪਿੰਡ 'ਚ ਕੰਮ ਤਾਂ ਹੋਣ ਦੇ ਦਿਓ, ਉਹ ਅੱਗੋਂ ਇਹ ਕਹਿੰਦੇ ਆ। ਅਤੇ ਅੱਜ ਇਹ ਚਮਚਿਆਂ ਦੀ ਬਦੌਲਤ ਹੀ ਆਹ ਜਿਹੜਾ ਸਰਕਾਰੀ ਚਮਚੇ ਜਿਹੜੇ ਆਹ ਜਿਹੜਾ ਛੱਪੜ ਟੁੱਟ ਚੁੱਕਿਆ। ਤੁਸੀਂ ਦੇਖੋ, ਦੇਖ ਲਓ ਚੰਗੀ ਤਰ੍ਹਾਂ ਇਹ ਤਸਵੀਰਾਂ, ਮੈਂ ਕੈਮਰਾਮੈਨ ਨੂੰ ਕਹੂੰਗਾ ਚੰਗੀ ਤਰ੍ਹਾਂ ਤਸਵੀਰਾਂ ਦਿਖਾਵੇ। ਇਹ ਜੇ ਛੱਪੜ ਟੁੱਟਦਾ ਤਾਂ ਇੱਧਰ ਦੇਖ ਲਓ ਕਿੰਨੇ ਘਰ ਆ, ਕਿੱਡੀ ਵੱਡੀ ਆਬਾਦੀ ਆ, ਲੋਕ ਰਹਿੰਦੇ ਆ, ਇਹਨਾਂ ਘਰਾਂ ਵਿੱਚ ਪਾਣੀ ਜਾਣਾ, ਕਿੰਨਾ ਪਾਣੀ ਆ ਘਰਾਂ ਵਿੱਚ ਵੜੂਗਾ। ਇੱਧਰ ਕੋਠੀਆਂ ਪਾਈਆਂ ਲੋਕਾਂ ਨੇ, ਮਿਹਨਤ ਮੁਸ਼ੱਕਤ ਕਰਕੇ ਕੋਠੀਆਂ ਵੀ ਪਾਈਆਂ ਲੋਕਾਂ ਨੇ, ਅਤੇ ਉਹ ਕੋਠੀਆਂ ਜਿਹੜੀਆਂ ਇੰਨੇ ਨੇ ਪੈਸੇ ਲਾਇਆ, ਫਿਰ ਉਹ ਕੋਠੀਆਂ ਢਹਿਣਗੀਆਂ, ਤਬਾਹ ਹੋਊਗੀ ਸਾਰੀ ਉਮਰ ਦੀ ਪੂੰਜੀ ਇਸ, ਜੇ ਪਾਣੀ ਇੱਧਰ ਜਾਵੜਿਆ ਤਾਂ ਚਮਚਿਆਂ ਦਾ ਕੀ ਜਾਊਗਾ, ਦੱਸਣਗਾ ਬੋਲਣਗਾ ਕਿਹੜੇ ਖੂੰਜਾਂ 'ਚ ਵੜੇ ਆ ਚਮਚੇ ਅੱਜ। ਹਰ ਮਾਮਲੇ 'ਤੇ ਟੰਗ ਖਿੱਚਣੀ ਕਿ ਤੁਸੀਂ ਤਾਂ ਜੀ ਕੁਛ ਹੋਣ ਹੀ ਨਹੀਂ ਦਿੰਦੇ। ਆਹ ਪਾਣੀ ਲੱਖਾਂ ਰੁਪਈਆਂ ਦੀ ਗ੍ਰਾਂਟ ਆਈ ਲੋਕਾਂ ਨੇ, ਜਿਹੜਾ ਪਰਚੇ ਪਾ ਕੇ ਇਹ ਮਾਮਲਾ ਹੱਲ ਕਰਾਇਆ, ਗ੍ਰਾਂਟ ਪਾਸ ਕਰਾਈ, ਜਦੋਂ ਲਾਈਨ ਪੈ ਰਹੀ ਸੀ ਪਾਈਪ ਲਾਈਨ ਸੇਮ ਨਾਲੇ 'ਚ ਜਾ ਰਹੀ ਸੀ, ਤਾਂ ਅਸੀਂ ਇਹ ਕਿਹਾ ਕਿਹੜਾ ਇੰਜੀਨੀਅਰ ਲੱਗਿਆ, ਸਾਨੂੰ ਦੱਸੋ ਕਿਹੜਾ ਇੰਜੀਨੀਅਰ ਲਾ ਕੇ ਇੱਥੇ ਪਾਈਪਾਂ ਪੈ ਰਹੀਆਂ।
सिर्फ एक नाटकी तौर पर एक ड्रामा किया गया कि असी पाइपां पा दियां। जदों भी पानी छड्या गया पाइपां लीक हो गई, पाइपां लीक हो के खतानों में पानी वड़ गया, खेतों में पानी वड़ गया। तो जदों असी कहिंदे सी कि इह भाई काम सही नहीं हो रहा, चमचे साडा मूँह बंद करदे सी। इस करके आ जिहड़ा होया इहदे जिम्मेवार चमचागिरी करन वाले आ। पिंड वासियों भी असी कहांगे कि इदू बाद जदों भी कोई सवाल करे, सिर्फ असी नहीं होर भी कोई सवाल करने की कोशिश करता, सवाल करन वाले का मूँह बंद करन तो पहला चमचों का मूँह बंद करो। जे चमचों का मूँह नहीं बंद करोगे तो फिर आह कुछ ही होगा थोड़े नाल, फिर थोड़े घर भी ढहणगे, थोड़े घर त्रेड़ां भी आउणगियां, हरेक तरीके तो तुसी मार खाओगे। अज आ कुछ हो रहा थोड़े सामने, कैमरामैन नूं कहूंगा ओ त्रेड़ भी दिखा देवे सामने। हुण फैसला थोड़े हाथ आ फैसला कि इहदा की कीता जावे। सरकारी कर्मचारी आउंदे आ हाथ जोड़ के गल्लां करके चले जांदे आ। उत्थे मेन रोड ते उहदे परसों ऐतवार नूं तहसीलदार साहब आए सी, कहिंदे जी वह पानी मोगा खोल के उहदा पानी इधर पिंड वाली नूं कढ़िया जाऊगा। तो पिंड दे विच दी कहिंदे तुसीं ऑन रिकॉर्ड बयान सुन सकदे हो, फेसबुक तो पेज तो लाइव किया सी, लोक हित टीवी तो लाइव किया। कहिंदे आ कि इह पानी आ जिहड़ा पिंड वाली दी कढ के फिर ही सेम नाले ते जाऊगा जैतो वाले पासे। होया कुछ नहीं, सिर्फ गल्लां तो अलावा प्रशासन कोले कुछ है ही नहीं। तो चमचा ने की करना होंदा, लोगों नूं आपस में लड़ाउणा होंदा। सो असी थोड़े अगे हथ बन के बेनती करांगे कि जदों पिंड च कोई भी मामला होंदा, किसी मामले ते लोग इकट्ठे होंदे आ तां लोक विरोधी ताकत आउंदियां, लोक विरोधी लोग होंदे आ जिहड़े, उन्हां ने आपदा काम करना होंदा, उन्हां ने सरकारी पिट्ठू होण दा किरदार अदा करना होंदा। ते उन्हां नूं पछाण के उन्हां लोकां दा विरोध करो जिहड़े सरकारी पिट्ठू आ, सरकारी चमचे आ, सरकारी दलाल आ, ना कि उन्हां लोकां दा विरोध करो जिहड़े हक सच दी आवाज़ नूं बुलंद करदे आ। सो इन्नी क गल करने च तुहाडे नाल मैं सुरिंदर ढलवां, धन्नवाद।